ਰਿਟਾਇਰ ਮੁਲਾਜ਼ਮ ਸੀ ਓ ਸਾਹਿਬ ਬੰਦੇ ਨੇ ਹੋਟਲ ਬਹਿ ਦਿੰਦੇ 5000 ਰੁਪਇਆ ਰੋਜ਼ ਦਾ ਕਿਰਾਇਆ ਹੈ ਅਸਾਂ ਇੱਥਾਂ ਬਹਿ ਬਹਿ ਕੇ ਮੈਨੂੰ ਮਿਲਦਾ ਨਹੀਂ ਮੁਣੀ ਕਿਹੜੇ ਪਾਸੇ ਏ ਸੀ ਸਾਹਿਬ ਨੂੰ ਦੋ ਦਫ਼ਾ ਥੇ ਆਏ ਸੀ ਹਾਂ ਜੀ ਹੁਣੇ ਦੇ 17 ਮਹੀਨਾ ਲੱਗਾ ਖੜੇ 6ਵਾਂ ਮਹੀਨਾ 6 ਮਹੀਨੇ 6 ਮਹੀਨੇ ਨੇ ਮੇਰੇ ਪੈਨਸ਼ਨ ਦੇ ਕਹਿੰਦੇ 7 ਮਹੀਨੇ ਨੇ ਏ ਸੀ ਸਾਹਿਬ ਕਿਨੇ ਕਿਵੇਂ ਤਾਂ ਪਿਛਲੇ ਮਹੀਨੇ 25 ਲੱਖ ਦਾ ਚੈੱਕ ਇਹਨੇ ਜਮ੍ਹਾਂ ਕਰਵਾਏ ਜਾਂ ਜਮ੍ਹਾਂ ਕਰਵਾਏ 2 ਘੰਟੇ ਦੇ ਬਾਅਦ ਕਢਵਾਏ ਭਲਾ ਸਾਹਿਬ ਨੂੰ ਪਤਾ ਲੱਗ ਗਿਆ ਜਿਹੜੇ ਕਿਸੇ ਏਸੀ ਕਹਿੰਦੇ ਭਲਾ ਸਾਹਿਬ ਨੂੰ ਉਹਨੇ ਦਿੱਤੇ ਪੈਸੇ 20 ਬੰਦਿਆਂ ਕੋਲ ਪੈਨਸ਼ਨ ਵਾਲਾ ਅਫਸਰ ਸਾਡੇ ਪਿਓ ਮਾਂ ਹੁੰਦੇ ਸੀ ਅਸਾਂ ਰੁਲਦੇ ਖੜੇ ਸੀ ਬਾਲ ਅਫਸਰ ਉਹਨੇ ਕੋ ਦੇ ਦਿੰਦੇ ਨੇ ਜਿਹੜੇ ਗੇਟ ਟੱਪਣ ਤਾਂ ਆਖਣ ਵੋਏ ਉਹਨੇ ਕੋ ਸਰ 'ਤੇ ਦੇ ਦਿੰਦੇ ਨੇ ਚਿੱਟੇ ਡਾਲਿਆਂ ਨੇ ਅਸਾਂ ਰੁਲਦੇ ਖੜੇ ਸੀ ਸਾਡੇ ਕਿਨੇ ਲੂੜੂ ਤਰ੍ਹਾਂ ਤਰ੍ਹਾਂ ਬਾਲ ਯਤੀਮ ਵੀ ਹੈ ਨਾ ਸਾਡੇ ਛੋਟ ਹੁਣ 7 ਮੇਰੇ ਬੇਟੇ ਨੇ ਮੈਂ ਕਿਆ ਕਰਾਂ ਯਾਰ ਉਹ ਸ਼ਰੀਰ ਵਿੱਚ ਆਇਆ ਉਹ ਸ਼ਰੀਰ ਵਿੱਚ ਹੁੰਦੇ ਸੀ ਸਰ ਮਿਹਰਬਾਨੀ ਕਰੋ ਪਿਓ ਮਾਂ ਆਵੇ ਬਰਾਬਰ ਦੇ ਦਿਓ ਸਾਰਿਆਂ ਕੋ ਨਾ ਦਿਓ ਅਸਾਂ ਕਿਨੇ ਕੋ ਦੇ ਦਿੰਦੋ ਕਿਨਾ ਕੋ ਸਰ ਨਹੀਂ ਮੇਰੇ ਨੇ ਏ ਸੀ ਸਾਹਿਬ ਕਿਬਲਾ ਮਿਹਰਬਾਨੀ ਕਰ ਅੱਲਾ ਤਾਲਾ ਤੇ ਕੋ ਸਾਡਾ ਪਿਓ ਮਾਂ ਬਣਾਏ ਤੂੰ ਬਾਲ ਅਫਸਰ ਹੀ ਅੱਲਾ ਤਾਲਾ ਤੇਰੀ ਉਮਰ ਦਰਾਜ਼ ਕਰੇ ਅਸਾਂ ਚਿੱਟੇ ਜਾਣੇ ਵਾਲੇ ਪਿੱਟ ਪਿੱਟ ਰੋ ਰੋ ਤੇ ਵੱਲ ਵੀ ਉਸੇ ਨੌਜਵਾਨੇ ਕੋ ਪਿੰਸਣਾ ਮਿਲ ਗਿਆ ਦਿਲ ਦੇ ਮਰੀ ਸ਼ੂਗਰ ਨਾਲ ਮਿਹਰਬਾਨੀ ਕਰ ਅੱਲਾ ਤਾਲਾ ਹੀ ਕੋ ਜ਼ਿਆਦਾ ਤਰੱਕੀ ਦੇਵੀ ਏਸੀ ਸਾਹਿਬਾ ਨੌਜਵਾਨ ਸੀ ਤੇ ਕੋ ਅੱਲਾ ਤਾਲਾ ਉਮਰਾ ਕਰਾਵੇ ਅਸਾਂ ਇਹਨੇ ਚਿੱਟੇ ਡਾੜਿਆਂ ਲੈਂਦੀ ਕੋਈ ਸੋਚ ਮਾਲਿਕ ਬੇਨਿਆਜ਼ ਤੇ ਕੋ ਤਰੱਕੀ ਦੇ ਅਸਾਂ ਤੇ ਕੋਈ ਮੁਕਾਬਲਾ ਨਹੀਂ ਕਰ ਸਕਦੇ ਅਫਸਰਾਂ ਨੇ ਨਾ ਸੀ ਉਹਦਾ ਕਰ ਸਕਦੂ ਨਾ ਕਮੇਟੀ ਵਾਲਿਆਂ ਅਸਾਂ ਨਿਆਜ਼ਮੰਦ ਕੀ ਕਰਿਆ ਨਾ ਖਾਣਾ ਸੀ ਮਿਹਰਬਾਨੀ ਕਰ 6 ਮਹੀਨੇ 7ਵਾਂ ਮਹੀਨਾ ਲੱਗਾ ਵਾ ਅਸਾਂ ਕੋ ਸਰ ਸਬਜ਼ੀ ਕੋਈ ਨਹੀਂ ਦਿੰਦਾ ਉਧਾਰੇ ਬਾਜ਼ਾਰ ਅਸਾਂ ਕੁੱਟੇ ਨੇ ਨਾ ਸਾਡੇ ਬੱਚੇ ਦਾ ਖੀਰ ਕਹਿਣੀ ਇਹ ਜਿਹੜਾ ਵੱਡਾ ਅਫਸਰ ਅੱਲਾ ਤਾਲਾ ਤੇਰੀ ਉਮਰ ਦਰਾਜ਼ ਕਰੇ ਅੱਲਾ ਤਾਲਾ ਤੇ ਕੋ ਤਰੱਕੀ ਦੇਵੇ ਇਹ ਸਾਡੇ 7 ਤਨਖਾਹਾਂ ਡੇ ਅੱਲਾ ਤਾਲਾ ਤੇ ਕੋ ਉਮਰ ਤੇ ਸਭ ਮਾਸ਼ਾ ਅੱਲਾ